ਸੀਐਮ ਭਗਵੰਤ ਮਾਨ ਵੱਲੋਂ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਰਾਜ ਭਵਨ ਦੇ ਵਿੱਚ ਗਾਏ ਛੱਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ ਏ। ਮਜੀਠੀਆ ਨੇ ਸੀਐਮ ਮਾਨ ਉੱਤੇ ਤੰਜ ਕੱਸਦਿਆਂ ਉਹਨਾਂ ਦੇ ਵੱਲੋਂ ਕੀਤੇ ਹੋਏ ਵਾਅਦੇ ਯਾਦ ਕਰਵਾਏ ਗਏ। ਮਜੀਠੀਆ ਨੇ ਆਪਣੇ ਐਕਸ ਅਕਾਊਂਟ ਉੱਤੇ ਪੋਸਟ ਪਾ ਕੇ ਕਿਹਾ ਕਿ ਨਾ ਸੁਰ ਨਾ ਤਾਲ, ਪੰਜਾਬ ਦਾ ਬੁਰਾ ਹਾਲ। ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਰੱਜ ਰੱਜ ਕੇ ਛੱਲੇ ਗਾਓ, ਪਰ ਜਿਹੜੇ ਤੁਸੀਂ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ, ਉਹ ਸੜਕਾਂ ਦੇ ਉੱਤੇ ਲਾਠੀਆਂ ਖਾਂਦੇ ਫਿਰਦੇ ਨੇ। ਉਹਨਾਂ ਨੇ ਕਿਹਾ ਕਿ ਆਪਣੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਉਹ ਵੀ ਪੱਕੇ ਨਹੀਂ ਹੋਏ। ਇਸ ਦੇ ਨਾਲ ਹੀ ਆਪ ਦੇ ਮੰਤਰੀ ਕਟਾਰੂ ਚੱਕ ਅਤੇ ਬਲਕਾਰ ਸਿੱਧੂ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਬਿਕਰਮ ਮਜੀਠੀਆ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੁਫੇਰੇ ਬਦਅਮਨੀ ਫੈਲੀ ਹੋਈ ਹੈ ਤੇ ਭਗਵੰਤ ਮਾਨ ਛੱਲਾ ਗਾਉਣ ਲੱਗੇ ਹੋਏ ਹਨ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਐਕਸ ਉੱਤੇ ਪੋਸਟ ਪਾ ਕੇ ਸੀਐਮ ਮਾਨ ਉੱਤੇ ਤੰਜ ਕੱਸਿਆ ਗਿਆ ਹੈ। ਮਜੀਠੀਆ ਦੇ ਵੱਲੋਂ ਸੀਐਮ ਮਾਨ ਨੂੰ ਵਾਅਦੇ ਯਾਦ ਕਰਵਾਏ ਗਏ ਨੇ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਯਾਦ ਕਰਵਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਆਪ ਦੇ ਮੰਤਰੀ ਕਟਾਰੂ ਚੱਕ ਅਤੇ ਬਲਕਾਰ ਸਿੱਧੂ ਉੱਤੇ ਵੀ ਨਿਸ਼ਾਨਾ ਹੈ ਜਿਹੜਾ ਉਹ ਸਾਧਿਆ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿੱਚ ਰੱਖੇ ਸਮਾਗਮ ਦੌਰਾਨ ਛੱਲਾ ਸੁਣਾ ਕੇ ਰੰਗ ਬੰਨਿਆ ਸੀ, ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਛੱਲਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪਸੰਦ ਨਹੀਂ ਆਇਆ। ਉਹਨਾਂ ਨੇ ਸੀਐਮ ਮਾਨ ਦੇ ਛੱਲੇ ਨੂੰ ਬੇਤਾਲ ਦੱਸਦਿਆਂ ਗੰਭੀਰ ਸਵਾਲ ਉਠਾਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ, ਕਿਹਾ ਨਾ ਸੁਰ ਨਾ ਤਾਲ, ਪੰਜਾਬ ਦਾ ਬੁਰਾ ਹਾਲ। ਮਾਨ ਸਾਹਿਬ ਰੱਜ ਰੱਜ ਛੱਲੇ ਗਾਓ, ਪਰ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਉਹ ਸੜਕਾਂ ਦੇ ਉੱਤੇ ਤੁਹਾਡੀਆਂ ਲਾਠੀਆਂ ਖਾਂਦੇ ਫਿਰਦੇ ਨੇ। ਕੱਚੇ ਛੱਲਿਆਂ ਨੂੰ ਪੱਕਾ ਨਹੀਂ ਕੀਤਾ ਜੋ ਵਾਅਦਾ ਕੀਤਾ ਸੀ। ਪੰਜਾਬ ਦੇ ਤਮਾਮ ਉਹਨਾਂ ਛੱਲਿਆਂ ਵੱਲ ਧਿਆਨ ਦਿਓ ਜੋ ਤੁਹਾਡੀ ਬਦਲਾਵ ਦੀ ਸਰਕਾਰ ਦਾ ਸੰਤਾਪ ਹੰਡਾਰੇ ਹਨ। ਇਹ ਤਾਂ ਹਨ ਪੰਜਾਬ ਦੇ ਛੱਲੇ ਤੇ ਹੁਣ ਆਹ ਤੁਹਾਡੇ ਛੱਲੇ, ਛੱਲਾ ਕਟਾਰੂ ਚੱਕ, ਛੱਲਾ ਬਲਕਾਰ ਸਿਉਂ, ਜੋ ਇਹਨਾਂ ਛੱਲਿਆਂ ਨੇ ਘਣਾਉਣੀਆਂ ਹਰਕਤਾਂ ਕੀਤੀਆਂ, ਇਸ ਲਈ ਇਹਨਾਂ ਨੂੰ ਮਾਣ ਸਤਿਕਾਰ ਦੇ ਰਹੇ ਹੋ ਕੈਬਨਿਟ ਦੇ ਵਿੱਚ ਰੱਖ ਕੇ। ਇਹ ਸਵਾਲ ਨੇ ਜਿਹੜੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਵੱਲੋਂ ਉਠਾਏ ਗਏ ਨੇ। ਜਦੋਂ ਰੋਮ ਜਲ ਰਿਹਾ ਸੀ ਤਾਂ ਨੀਰੂ ਬੰਸਰੀ ਵਜਾ ਰਿਹਾ ਸੀ, ਤੇ ਜਦੋਂ ਪੰਜਾਬ ਦੇ ਵਿੱਚ ਚੁਫੇਰੇ ਅਰਾਜਕਤਾ ਫੈਲੀ ਹੈ ਤਾਂ ਭਗਵੰਤ ਛੱਲਾ ਗਾ ਰਿਹਾ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਵੱਲੋਂ ਸੀਐਮ ਭਗਵੰਤ ਮਾਨ ਉੱਤੇ ਤੰਜ ਕੱਸਿਆ ਗਿਆ ਹੈ। ਬਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਇਹ ਟਵੀਟ ਹੈ ਜਿਹੜਾ ਉਹ ਕੀਤਾ ਗਿਆ ਹੈ। ਵੀਰੋ ਰਿਪੋਰਟ, ਦਿਸ਼ਾ ਅਪਡੇਟ। ਸੀਐਮ ਭਗਵੰਤ ਮਾਨ ਵੱਲੋਂ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਰਾਜ ਭਵਨ ਦੇ ਵਿੱਚ ਗਾਏ ਛੱਲੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਸੀਐਮ ਮਾਨ ਉੱਤੇ ਤੰਜ ਕੱਸਦਿਆਂ ਉਹਨਾਂ ਦੇ ਵੱਲੋਂ ਕੀਤੇ ਹੋਏ ਵਾਅਦੇ ਯਾਦ ਕਰਵਾਏ ਗਏ। ਮਜੀਠੀਆ ਨੇ ਆਪਣੇ ਐਕਸ ਅਕਾਊਂਟ ਉੱਤੇ ਪੋਸਟ ਪਾ ਕੇ ਕਿਹਾ ਕਿ ਨਾ ਸੁਰ ਨਾ ਤਾਲ, ਪੰਜਾਬ ਦਾ ਬੁਰਾ ਹਾਲ। ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਰੱਜ ਰੱਜ ਕੇ ਛੱਲੇ ਗਾਓ, ਪਰ ਜਿਹੜੇ ਤੁਸੀਂ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਸਨ, ਉਹ ਸੜਕਾਂ ਦੇ ਉੱਤੇ ਲਾਠੀਆਂ ਖਾਂਦੇ ਫਿਰਦੇ ਨੇ। ਉਹਨਾਂ ਨੇ ਕਿਹਾ ਕਿ ਆਪਣੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ, ਉਹ ਵੀ ਪੱਕੇ ਨਹੀਂ ਹੋਏ। ਇਸ ਦੇ ਨਾਲ ਹੀ ਆਪ ਦੇ ਮੰਤਰੀ ਕਟਾਰੂ ਚੱਕ ਅਤੇ ਬਲਕਾਰ ਸਿੱਧੂ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਬਿਕਰਮ ਮਜੀਠੀਆ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੁਫੇਰੇ ਬਦਅਮਨੀ ਫੈਲੀ ਹੋਈ ਹੈ ਤੇ ਭਗਵੰਤ ਮਾਨ ਛੱਲਾ ਗਾਉਣ ਲੱਗੇ ਹੋਏ ਹਨ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਐਕਸ ਉੱਤੇ ਪੋਸਟ ਪਾ ਕੇ ਸੀਐਮ ਮਾਨ ਉੱਤੇ ਤੰਜ ਕੱਸਿਆ ਗਿਆ ਹੈ। ਮਜੀਠੀਆ ਦੇ ਵੱਲੋਂ ਸੀਐਮ ਮਾਨ ਨੂੰ ਵਾਅਦੇ ਯਾਦ ਕਰਵਾਏ ਗਏ ਨੇ। ਕੱਚੇ ਮੁਲਾਜ਼ਮਾਂ ਨੂੰ
ਪੱਕੇ ਕਰਨ ਦਾ ਵਾਅਦਾ ਯਾਦ ਕਰਵਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਆਪ ਦੇ ਮੰਤਰੀ ਕਟਾਰੂ ਚੱਕ ਅਤੇ ਬਲਕਾਰ ਸਿੱਧੂ ਉੱਤੇ ਵੀ ਨਿਸ਼ਾਨਾ ਹੈ ਜਿਹੜਾ ਉਹ ਸਾਧਿਆ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 75ਵੇਂ ਗਣਤੰਤਰ ਦਿਵਸ ਦੀ ਸ਼ਾਮ ਨੂੰ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿੱਚ ਰੱਖੇ ਸਮਾਗਮ ਦੌਰਾਨ ਛੱਲਾ ਸੁਣਾ ਕੇ ਰੰਗ ਬੰਨਿਆ ਸੀ ਤਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਛੱਲਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪਸੰਦ ਨਹੀਂ ਆਇਆ। ਉਹਨਾਂ ਨੇ ਸੀਐਮ ਮਾਨ ਦੇ ਛੱਲੇ ਨੂੰ ਬੇਤਾਲ ਦੱਸਦਿਆਂ ਗੰਭੀਰ ਸਵਾਲ ਉਠਾਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ, ਕਿਹਾ ਨਾ ਸੁਰ ਨਾ ਤਾਲ, ਪੰਜਾਬ ਦਾ ਬੁਰਾ ਹਾਲ, ਮਾਨ ਸਾਹਿਬ ਰੱਜ ਰੱਜ ਛੱਲੇ ਗਾਓ ਪਰ ਜਿਹੜੇ ਛੱਲਿਆਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਉਹ ਸੜਕਾਂ ਦੇ ਉੱਤੇ ਤੁਹਾਡੀਆਂ ਲਾਠੀਆਂ ਖਾਂਦੇ ਫਿਰਦੇ ਨੇ। ਕੱਚੇ ਛੱਲਿਆਂ ਨੂੰ ਪੱਕਾ ਨਹੀਂ ਕੀਤਾ ਜੋ ਵਾਅਦਾ ਕੀਤਾ ਸੀ। ਪੰਜਾਬ ਦੇ ਤਮਾਮ ਉਹਨਾਂ ਛੱਲਿਆਂ ਵੱਲ ਧਿਆਨ ਦਿਓ ਜੋ ਤੁਹਾਡੀ ਬਦਲਾਵ ਦੀ ਸਰਕਾਰ ਦਾ ਸੰਤਾਪ ਹੰਡਾਰੇ ਹਨ। ਇਹ ਤਾਂ ਹਨ ਪੰਜਾਬ ਦੇ ਛੱਲੇ ਤੇ ਹੁਣ ਆਹ ਤੁਹਾਡੇ ਛੱਲੇ, ਛੱਲਾ ਕਟਾਰੂ ਚੱਕ, ਛੱਲਾ ਬਲਕਾਰ ਸਿਉਂ, ਜੋ ਇਹਨਾਂ ਛੱਲਿਆਂ ਨੇ ਘਣਾਉਣੀਆਂ ਹਰਕਤਾਂ ਕੀਤੀਆਂ, ਇਸ ਲਈ ਇਹਨਾਂ ਨੂੰ ਮਾਨ ਸਤਿਕਾਰ ਦੇ ਰਹੇ ਹੋ ਕੈਬਨਿਟ ਦੇ ਵਿੱਚ ਰੱਖ ਕੇ। ਇਹ ਸਵਾਲ ਨੇ ਜਿਹੜੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਵੱਲੋਂ ਉਠਾਏ ਗਏ ਨੇ। ਜਦੋਂ ਰੋਮ ਜਲ ਰਿਹਾ ਸੀ ਤਾਂ ਨੀਰੂ ਬੰਸਰੀ ਵਜਾ ਰਿਹਾ ਸੀ ਤੇ ਜਦੋਂ ਪੰਜਾਬ ਦੇ ਵਿੱਚ ਚੁਫੇਰੇ ਅਰਾਜਕਤਾ ਫੈਲੀ ਹੈ ਤਾਂ ਭਗਵੰਤ ਛੱਲਾ ਗਾ ਰਿਹਾ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਵੱਲੋਂ ਸੀਐਮ ਭਗਵੰਤ ਮਾਨ ਉੱਤੇ ਤੰਜ ਕੱਸਿਆ ਗਿਆ ਹੈ। ਬਿਕਰਮ ਮਜੀਠੀਆ ਦੇ ਵੱਲੋਂ ਆਪਣੇ ਐਕਸ ਅਕਾਊਂਟ ਉੱਤੇ ਇਹ ਟਵੀਟ ਹੈ ਜਿਹੜਾ ਉਹ ਕੀਤਾ ਗਿਆ ਹੈ। ਫਿਰ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ, ਧੰਨਵਾਦ।